ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲਿਊਬਰਡ ਟ੍ਰਿਬਿਊਨ। ਮੈਂ ਹਾਂ ਜਤਿੰਦਰ ਸਿੰਘ। ਜੇ ਤੁਸੀਂ ਆਲਰੇਡੀ ਅਰਬ ਕੰਟਰੀਜ਼ ਦੇ ਵਿੱਚ ਰਹਿ ਰਹੇ ਹੋ ਤਾਂ ਉੱਥੋਂ ਤੁਸੀਂ ਯੂਕੇ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਤੁਹਾਡੇ ਲਈ ਹੈ ਕਿ ਯੂਕੇ ਦਾ ਵੀਜ਼ਾ ਅਰਬ ਕੰਟਰੀਜ਼ ਤੋਂ ਕਿਵੇਂ ਲਿਆ ਜਾ ਸਕਦਾ, ਕਿਵੇਂ ਦੇ ਡਾਕੂਮੈਂਟ ਚਾਹੀਦੇ ਹੁੰਦੇ ਆ ਅਤੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ ਨੇ ਜਦੋਂ ਅਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨ ਜਾਣਾ ਤਾਂ ਕੁਛ ਗੱਲਾਂ ਨੇ ਜਿਹੜੀਆਂ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਯੂਕੇ ਜੋ ਹੈ ਡਾਕੂਮੈਂਟ ਬਹੁਤ ਧਿਆਨ ਨਾਲ ਦੇਖਦਾ। ਯੂਕੇ ਵੀਜ਼ਾ ਦੇਣ ਤੋਂ ਪਹਿਲਾਂ ਤੁਹਾਡੀ ਪੂਰੀ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਚੈੱਕ ਕਰਦਾ, ਫਿਰ ਆਫਟਰ ਦੈਟ ਉਹਦੇ ਐਜ਼ ਪਰ ਤੁਹਾਨੂੰ ਡਿਸੀਜਨ ਮਿਲਦਾ। ਇਸ ਕਰਕੇ ਜਦੋਂ ਵੀ ਫਾਈਲ ਆਉਣੀ ਹੈ ਡਾਕੂਮੈਂਟ ਕੰਪਲੀਟ ਜ਼ਰੂਰ ਹੋਣ। ਡਾਕੂਮੈਂਟ ਕਿਸ ਤਰੀਕੇ ਨਾਲ ਤੁਸੀਂ ਧਿਆਨ ਦੇਣਾ, ਕਿਉਂਕਿ ਇਹਨਾਂ ਕੰਟਰੀਜ਼ ਜਿਹੜੇ ਲੋਕ ਰਹਿ ਰਹੇ ਨੇ, ਮੈਕਸੀਮਮ ਜਿਹੜੇ ਲੋਕ ਨੇ ਉਹ ਆਪਣਾ ਜੋਬ ਕਰ ਰਹੇ ਨੇ, ਉਹਨਾਂ ਕੋਲ ਜੋਬ ਹੈ ਅਤੇ ਜੋਬ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਨੇ ਉਹ ਜੋਬ ਦੇ ਕੰਪਲੀਟ ਹੋਣੇ ਚਾਹੀਦੇ ਆ। ਸਭ ਤੋਂ ਪਹਿਲਾਂ ਤੁਹਾਡੇ ਕੋਲ ਜੁਆਇਨਿੰਗ ਲੈਟਰ ਜਾਂ ਫਿਰ ਕੰਟਰੈਕਟ ਜਿਹੜਾ ਤੁਹਾਡਾ ਹੋਇਆ ਹੋਇਆ ਕੰਪਨੀ ਦੇ ਵਿੱਚ ਉਹ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਜੁਆਇਨਿੰਗ ਲੈਟਰ ਹੈਗਾ, ਕੰਟਰੈਕਟ ਹੈਗਾ, ਦੈਨ ਆਫਟਰ ਤੁਹਾਡੀ ਸੈਲਰੀ ਜਿਹੜੀ ਅਕਾਊਂਟ 'ਚ ਆ ਰਹੀ ਹੋਵੇ, ਜਿਹੜੀ ਅਕਾਊਂਟ ਦੇ ਵਿੱਚ ਸੈਲਰੀ ਆ ਰਹੀ ਹੈ ਉਸ ਅਕਾਊਂਟ ਦੀ ਸਟੇਟਮੈਂਟ ਲਾਉਣੀ ਹੈ। ਉਸ ਅਕਾਊਂਟ ਦੇ ਵਿੱਚ ਕੋਈ ਵੀ ਅਮਾਊਂਟ ਜਿਹੜੀ ਹੈ ਤੁਹਾਡੀ ਸੈਲਰੀ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਨਾ ਆ ਰਹੀ ਹੋਵੇ, ਸਿਰਫ ਸੈਲਰੀ ਹੀ ਉਹਦੇ ਵਿੱਚ ਸ਼ੋ ਹੋ ਰਹੀ ਹੋਵੇ, ਇਹ ਚੀਜ਼ ਦਾ ਧਿਆਨ ਰੱਖੋ। ਕਿਸੇ ਹੋਰ ਤਰ੍ਹਾਂ ਦੀ ਪੇਮੈਂਟ ਉਸ ਅਕਾਊਂਟ 'ਚ ਨਾ ਪਵਾਓ, ਅਦਰਵਾਈਜ਼ ਤੁਹਾਨੂੰ ਵੀਜ਼ਾ ਲੈਣ ਲੱਗਿਆ ਪ੍ਰੋਬਲਮ ਹੋਏਗੀ। ਦੈਨ ਆਫਟਰ ਜਿਹੜਾ ਨੈਕਸਟ ਪਾਰਟ ਹੈ ਉਹ ਹੈ ਤੁਹਾਡੀ ਸੈਲਰੀ ਸਲਿੱਪ। ਸੈਲਰੀ ਸਲਿੱਪ ਜਿਹੜੀਆਂ ਨੇ ਉਹ ਤੁਹਾਡੀ ਸੈਲਰੀ ਜੋ ਅਕਾਊਂਟ 'ਚ ਆ ਰਹੀ ਉਹਦੇ ਨਾਲ ਮੈਚ ਕਰਦੀ ਹੋਵੇ। ਜੇ ਉਹ ਮੈਚ ਨਹੀਂ ਕਰ ਰਹੀ ਫਿਰ ਵੀ ਤੁਹਾਨੂੰ ਇਸ਼ੂ ਹੋ ਸਕਦਾ, ਉਹ ਆਪਸ 'ਚ ਮੈਚ ਕਰੇ ਇਹ ਜ਼ਰੂਰੀ ਹੁੰਦਾ। ਦੈਨ ਆਫਟਰ ਜਿਹੜੀ ਅਗਲੀ ਚੀਜ਼ ਹੈ ਉਹ ਹੈ ਤੁਹਾਡੀ ਬੈਂਕ ਸਟੇਟਮੈਂਟ, ਸੇਵਿੰਗ ਦੀ ਸਟੇਟਮੈਂਟ ਜੋ ਤੁਸੀਂ ਨਾਲ ਲਾ ਰਹੇ ਹੋ। ਜਿਹੜੀ ਤੁਹਾਡੇ ਅਕਾਊਂਟ 'ਚ ਸੈਲਰੀ ਆ ਰਹੀ ਹੈ ਉਸੇ ਸਟੇਟਮੈਂਟ ਦੇ ਵਿੱਚ, ਜੇ ਉਸੇ ਬੈਂਕ ਦੇ ਵਿੱਚ ਤੁਹਾਡੀ ਅਮਾਊਂਟ ਪਈ ਹੋਈ ਹੈ ਫੰਡ ਸ਼ੋ ਕਰਨ ਲਈ, ਤਾਂ ਤੁਸੀਂ ਉਹ ਵੀ ਸ਼ੋ ਕਰ ਸਕਦੇ ਹੋ, ਜਾਂ ਫਿਰ ਉਸ ਤੋਂ ਇਲਾਵਾ ਕਿਸੇ ਹੋਰ ਅਕਾਊਂਟ ਦੇ ਵਿੱਚ ਸੇਵਿੰਗ ਤੁਹਾਡੀ ਪਈ ਹੈ ਤਾਂ ਉਹ ਸਟੇਟਮੈਂਟ ਵੀ ਲਾ ਸਕਦੇ ਹੋ। ਬਟ ਉਸ ਬੈਂਕ ਦੇ ਵਿੱਚ ਪੇਮੈਂਟ ਆਈ ਕਿੱਥੋਂ ਹੈ ਇਹ ਤੁਹਾਨੂੰ ਐਕਸਪਲੇਨ ਕਰਨਾ ਜ਼ਰੂਰੀ ਹੈ, ਉਹ ਤੁਹਾਨੂੰ ਦੱਸਣਾ ਪਏਗਾ ਕਿ ਪੇਮੈਂਟ ਕਿੱਥੋਂ ਆਈ ਹੋਈ ਹੈ। ਤਾਂ ਪੇਮੈਂਟ ਜੇ ਤੁਹਾਡੀ ਸੈਲਰੀ ਅਕਾਊਂਟ 'ਚ ਹੀ ਉੱਧਰ ਟ੍ਰਾਂਸਫਰ ਹੋ ਰਹੀ ਹੈ ਤਾਂ ਉਹਦੇ ਪਰੂਫ ਹੋਣੇ ਚਾਹੀਦੇ ਨੇ। ਜੇ ਉਹ ਤੁਸੀਂ ਸਾਰੀ ਚੀਜ਼ਾਂ ਪਰੂਵ ਕਰ ਦਿੰਦੇ ਹੋ, ਮੇਨਲੀ ਇਹ ਕਿ ਤੁਹਾਡੇ ਜਿਹੜੇ ਫੰਡਸ ਨੇ ਇਹ ਐਕਸਪਲੇਨ ਜ਼ਰੂਰ ਹੋਣ, ਫੰਡਸ ਜਿਹੜੇ ਨੇ ਇਹ ਜਸਟੀਫਾਈ ਜ਼ਰੂਰ ਹੋਣ, ਤੁਹਾਡੀ ਸੈਲਰੀ ਜਸਟੀਫਾਈ ਹੋਣੀ ਚਾਹੀਦੀ ਹੈ, ਉਸ ਤੋਂ ਇਲਾਵਾ ਤੁਹਾਡੇ ਜਿਹੜੇ ਅਕਾਊਂਟ 'ਚ ਪੈਸੇ ਪਏ ਆ ਉਹ ਜਸਟੀਫਾਈ ਹੋਣੇ ਚਾਹੀਦੇ ਆ। ਜੇ ਚੀਜ਼ਾਂ ਜਸਟੀਫਾਈਬਲ ਹੈਗੀਆਂ ਨੇ, ਜਸਟੀਫਾਈ ਕਰ ਸਕਦੇ ਹੋ, ਦੈਨ ਵੀਜ਼ਾ ਲੈਣਾ ਬਹੁਤ ਈਜ਼ੀ ਰਹਿੰਦਾ। ਇਸ ਤੋਂ ਬਾਅਦ ਅੱਗੇ ਦਾ ਜਿਹੜਾ ਪਾਰਟ ਆਉਂਦਾ ਉਹ ਅਸੀਂ ਦੇਖਦੇ ਹਾਂ ਕਿ ਯੂਕੇ ਦੇ ਵਿੱਚ ਜਿਹੜਾ ਉਹ ਤੁਹਾਡੇ ਐਪਲੀਕੇਸ਼ਨ ਫੋਰਮ ਦੇ ਵਿੱਚ ਜਿਹੜੀ ਡਿਟੇਲਸ ਫਿਲ ਕਰਨੀਆਂ ਹੁੰਦੀਆਂ ਨੇ ਉਹ ਕਾਫੀ ਇੰਪੋਰਟੈਂਟ ਹੁੰਦੀਆਂ ਨੇ। ਉਹਦੇ ਵਿੱਚ ਤੁਹਾਡੀ ਫੈਮਿਲੀ ਡਿਟੇਲਸ ਜਿਹੜੀ ਹੈਗੀ ਹੈ, ਜੇ ਤੁਹਾਡੀ ਟਰੈਵਲ ਡੇਟਸ ਨੇ, ਨਾਲ ਤੁਹਾਡੇ ਮੰਥਲੀ ਐਕਸਪੈਂਸ ਹੈਗੇ ਨੇ, ਇਹ ਸਾਰੇ ਜਿਹੜੇ ਨੇ ਆਪਸ ਦੇ ਵਿੱਚ ਮੈਚ ਕਰ ਰਹੇ ਹੋ। ਜੇ ਆਪਸ ਦੇ ਵਿੱਚ ਮੈਚ ਕਰਦੇ ਨੇ ਦੈਨ ਕੋਈ ਪ੍ਰੋਬਲਮ ਨਹੀਂ ਹੁੰਦੀ, ਦੈਨ ਉਹ ਸਾਰੀਆਂ ਚੀਜ਼ਾਂ ਓਕੇ ਆ ਜਾਂਦੀਆਂ ਨੇ। ਜੇ ਇਸ ਤਰੀਕੇ ਨਾਲ ਸਹੀ ਤਰੀਕੇ ਨਾਲ ਜਿਹੜੇ ਆ ਡਾਕੂਮੈਂਟ ਲੱਗ ਜਾਂਦੇ ਆ ਅਤੇ ਤੁਹਾਡੇ ਵੀਜ਼ਾ ਜਿਹੜਾ ਉਹ ਈਜ਼ੀਲੀ ਨਿਕਲ ਜਾਂਦਾ, ਤੁਹਾਨੂੰ ਪ੍ਰੋਬਲਮ ਨਹੀਂ ਫੇਸ ਕਰਨੀ ਪੈਂਦੀ। ਇਸ ਤੋਂ ਬਾਅਦ ਨੈਕਸਟ ਪਾਰਟ ਜਿਹੜੀ ਗੱਲ ਕਰੀਏ ਉਹ ਨੈਕਸਟ ਪਾਰਟ ਹੈ ਤੁਹਾਡੀ ਟਰੈਵਲ ਪਲਾਨ। ਜਦੋਂ ਤੁਸੀਂ ਫਾਈਲ ਲਾਉਣੀ ਹੈ ਆਪਣਾ ਟਰੈਵਲ ਪਲਾਨ ਜਿਹੜਾ ਉਹ ਧਿਆਨ ਨਾਲ ਬਣਾਇਓ ਕਿ ਤੁਹਾਡੇ ਅਕਾਊਂਟ 'ਚ ਪੈਸੇ ਕਿੰਨੇ ਨੇ, ਤੁਸੀਂ ਅਫੋਰਡ ਕਰ ਪਾਓਗੇ ਕਿ ਨਹੀਂ, ਉਸ ਤਰੀਕੇ ਨਾਲ ਬਣਾਉਣ। ਮਿਨੀਮਮ ਤੁਹਾਡਾ 7 ਦਿਨ ਦਾ ਟਰੈਵਲ ਪਲਾਨ ਜ਼ਰੂਰ ਬਣੇ। ਇਸ ਤੋਂ ਉੱਤੇ ਲੈ ਕੇ ਜਾਣਾ ਤਾਂ ਆਪਣੇ ਫੰਡਸ ਨੂੰ ਦੇਖਦੇ ਹੋਏ ਲੈ ਕੇ ਜਾਣੇ ਆ ਕਿ ਤੁਹਾਡੇ ਕੋਲ ਫੰਡਸ ਕਿੰਨੇ ਆ ਅਤੇ ਤੁਸੀਂ ਟਰੈਵਲ ਪਲਾਨ ਕਿੰਨੇ ਦਿਨ ਦਾ ਦਿਖਾਉਣਾ। ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਤੁਸੀਂ ਇੱਕ ਕੈਲਕੂਲੇਸ਼ਨ ਕਰਕੇ ਆਪਣੀ ਫੰਡਿੰਗ ਅਤੇ ਆਪਣੇ ਟਰੈਵਲ ਡੇਟ ਨੂੰ ਲੈ ਕੇ ਦਿਖਾਉਂਦੇ ਹੋ, ਦੈਨ ਤੁਹਾਨੂੰ ਵੀਜ਼ਾ 'ਚ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਵੀਜ਼ਾ ਅਫਸਰ ਇਹ ਚੀਜ਼ਾਂ ਬਹੁਤ ਨੋਟ ਕਰਦੇ ਨੇ ਕਿ ਤੁਹਾਡੀ ਈਅਰਲੀ ਇਨਕਮ ਕਿੰਨੀ ਹੈ, ਮੰਥਲੀ ਕਿੰਨੀ ਹੈ, ਦੈਨ ਤੁਸੀਂ ਟਰੈਵਲ ਕਰਨ ਜਾ ਰਹੇ ਹੋ ਤਾਂ ਕਿੰਨਾ ਐਕਸਪੈਂਸ ਕਰਨ ਵਾਲੇ ਹੋ, ਕਿ ਉਹ ਐਕਸਪੈਂਸ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ, ਇਹ ਸਾਰੀਆਂ ਚੀਜ਼ਾਂ ਉਹਦੀਆਂ ਕੈਲਕੂਲੇਟ ਹੁੰਦੀਆਂ ਨੇ। ਜੇ ਸਹੀ ਤਰੀਕੇ ਨਾਲ ਤੁਸੀਂ ਇਹਨੂੰ ਕੈਲਕੂਲੇਸ਼ਨ ਕਰਕੇ ਆਪਣਾ ਟਰੈਵਲ ਪਲਾਨ ਬਣਾ ਕੇ ਵੀਜ਼ਾ ਅਫਸਰ ਦੇ ਸਾਹਮਣੇ ਸਬਮਿਟ ਕਰਦੇ ਹੋ, ਆਪਣੀ ਫਾਈਲ ਨੂੰ ਸਹੀ ਤਰੀਕੇ ਨਾਲ ਰਿਪ੍ਰਜੈਂਟ ਕਰਦੇ ਹੋ, ਦੈਨ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਵਧੀਆ ਰਹਿੰਦੇ ਨੇ। ਇਹਨਾਂ ਚੀਜ਼ਾਂ ਨੂੰ ਧਿਆਨ ਦੇ ਕੇ ਤੁਸੀਂ ਆਪਣਾ ਯੂਕੇ ਦਾ ਟੂਰਿਸਟ ਵੀਜ਼ਾ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਇਸ ਤਰੀਕੇ ਨਾਲ ਜੇ ਤੁਸੀਂ ਆਪਣੀ ਫਾਈਲਿੰਗ ਕਰਦੇ ਹੋ ਤਾਂ ਵੀਜ਼ਾ ਦੇ ਚਾਂਸ ਵੀ ਜਿਹੜੇ ਆ ਉਹ ਜ਼ਿਆਦਾ ਵਧੀਆ ਰਹਿਣਗੇ।